ਆ ਜਾਓ ਬਈ ਬਾਹਰ ਸਾਰੇ। ਇੱਕ ਆ ਜਾਓ ਬਈ ਬਾਹਰ ਆ ਜਾਓ ਸਾਰੇ ਜਣੇ। ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਸਾਢੇ ਤੇਰਾਂ ਕਿਹੜੇ ਆ ਜੀ ਇੱਕ ਮਿੰਟ ਦੇ। ਪੰਦਰਾਂ ਇੱਕ ਕਬੱਡੀ ਪਲੇਅਰ ਬੁੱਗੇ ਮੱਲੀਆਂ ਦੀ ਜੋਗ ਚੱਲਦੀ ਆ ਜੀ। ਸੋਲਾਂ ਸਤਾਰਾਂ ਬਿੰਦਾ ਠੌਲਾ ਅਠਾਰਾਂ ਕਾਵਾ ਇਸ ਯੋਗ ਦਾ। ਉੱਨੀ ਵੀਹ ਇੱਕੀ ਇੱਕੋ ਜਾਣਾ ਬਾਹਰੋਂ ਮੇਰਾ ਵੀਰ ਬਈ। ਬਾਈ ਪਿਆਰ ਨਾਲ ਮੇਰਾ ਵੀਰ ਹੁੰਦਾ ਖਿਆਲ ਰੱਖ ਕੇ ਮਾੜਾ ਜਾ, ਬਹੁਤ ਸੋਹਣੀ ਜੋਗ ਚੱਲਦੀ ਆ। ਚੌਵੀ ਪੱਚੀ ਛੱਬੀ ਕਰਮ ਘੱਟ ਛੱਬੀ ਕਿਹੜੇ ਦੋ ਮਿੰਟਾਂ ਦੇ ਪਿਆਰ ਨੇ ਬਈ ਮੇਰਾ ਵੀਰ। ਸਤਾਈ ਬਹੁਤ ਸੋਹਣੀ ਜੋਗ ਚੱਲਦੀ ਆ, ਕੰਮ ਨਾ ਕਰ ਮੇਰਾ ਭਰਾ। ਅਠਾਈ ਉਣੱਤੀ ਨਾ ਰੌਲਾ ਪਾਓ ਬਈ ਸਾਰੇ, ਕਾਹਤੇ ਨੀ ਗੱਲ ਮੰਨਦੇ ਹੁੰਦੇ ਤੁਸੀਂ। ਤੀਹ ਵਧੀਆ ਜੋਗ ਚੱਲਦੀ ਤੇ ਵੀ ਰੌਲਾ ਪਾਉਣੇ ਫਿਰ ਚੰਗਾ ਨੀ ਲੱਗਦਾ ਯਾਰ। ਇਕੱਤੀ ਬੱਤੀ ਬਿੰਦੇ ਭਾ ਖਿਆਲ ਨਾਲ ਹੀ ਮੇਰਾ ਵੀਰ। ਤੇਤੀ ਚੌਂਤੀ ਪੈਂਤੀ ਨਾ ਬਈ ਨਾ ਮੇਰਾ ਵੀਰ, ਖਿਆਲ ਨਾਲ ਪਿਆਰ ਨਾਲ ਹੀ ਹਕਾਈ ਵੱਲੋਂ ਨਾ ਜੋ ਕੈਂਸਲ ਕਰਾ ਲਿਓ ਹੁਣ। ਸੈਂਤੀ ਅਠੱਤੀ ਸਵਾ ਅਠੱਤੀ ਕਿਹੜੇ ਤਿੰਨ ਮਿੰਟ ਉਨਤਾਲੀ ਬਹੁਤ ਵਧੀਆ ਜੋਗ ਚੱਲਦੀ ਆ ਮੇਰਾ ਵੀਰ, ਨਾ ਰੌਲਾ ਪਾਓ ਬਾਹਰੋਂ। ਚਾਲੀ ਇਕਤਾਲੀ ਬਤਾਲੀ ਇਹਨਾਂ ਤੋਂ ਮਗਰ ਪੰਤਾਲੀ ਨੰਬਰ ਤਰਤਾਲੀ ਤਰਲੋਕ ਸਿੰਘ ਨਵਾਂ ਪਿੰਡ ਜੋਗ ਆਪਣੀ ਤਿਆਰ ਕਰਕੇ ਲਾਗੇ ਕਰ ਲਓ ਪੈਡ ਦੇ। ਚੁਤਾਲੀ ਪੰਤਾਲੀ ਨੰਬਰ ਤਰਲੋਕ ਸਿੰਘ ਨਵਾਂ ਪਿੰਡ ਪੰਤਾਲੀ ਨਾ ਬਈ ਨਾ ਮੇਰਾ ਵੀਰ ਬਾਹਰੋਂ ਨਾ ਰੌਲਾ ਪਾਓ ਬਈ। ਛਿਆਲੀ ਇੱਕੋ ਜਾਣਾ ਦੱਸੀ ਚੱਲੋ ਹਕਾਵੇ ਨੂੰ ਵੀ ਸਮਝ ਆਵੇ। ਸੰਤਾਲੀ ਅੜਤਾਲੀ
49 50 50 ਕਿਹੜੇ 4 ਮਿੰਟ 51 45 ਨੰਬਰ ਤਰਲੋਕ ਸਿੰਘ ਨਵਾਂ ਪਿੰਡ 52 ਲਿਆਓ ਜੋਗ ਆਪਣੀ ਲਾਗੇ ਲਿਆਓ ਜੀ ਪੈੜ ਦੇ 53 ਨਾ ਬਈ ਨਾ ਪੂ ਛੱਡ ਕੇ 54 55 56 ਉਹ ਨਾ ਬਈ ਸਾਰੇ ਨੇ 57 58 58 ਲਾਸਟ ਕਿਹੜਾ ਹੈ ਜੀ 60 ਇਸ ਯੁੱਗ ਦਾ ਸਮਾਂ 4 ਮਿੰਟ 55 ਸਕਿੰਟ 19 ਪੁਆਇੰਟ 4 55 19 ਬੁੱਗਾ ਮਲੀਆਂ 500 ਰੁਪਇਆ ਬਿੰਦੇ ਅਠੌਲੇ ਲਈ ਦਿੰਦੇ ਆ ਜੀ। ਨਰਿੰਦਰ ਸਿੰਘ ਸ਼ੇਰਪੁਰ 1000 ਰੁਪਇਆ ਬਿੱਲੇ ਬੀੜ ਬੰਸੀਆਂ ਲਈ ਦਿੰਦੇ ਆ ਜੀ। ਲਿਆਓ ਜੀ ਜੋਗ 45 ਨੰਬਰ ਤਰਲੋਕ ਸਿੰਘ ਨਵਾਂ ਪਿੰਡ ਇਹਨਾਂ ਦੇ ਮਗਰ ਪਿੰਡ ਦੀ ਜੋਗ ਜਾਣਨੀ ਆ ਜੀ ਅਮਨੇ ਗਿੱਲਾਂ ਦੀ ਫਿਰ 46 ਤੇ ਜਰਨੈਲ ਸਿੰਘ ਕੰਗ ਲਿਆਓ ਜੀ ਜੋ 45 ਬੰਨ ਹੋ ਗਏ ਆ ਜਾਓ ਮੇਰਾ ਫਿਰ 45 ਨੰਬਰ ਤਰਲੋਕ ਸਿੰਘ ਨਵਾਂ ਪਿੰਡ
ਇੱਕ ਦੋ ਤਿੰਨ ਆਜੋ ਜੀ ਆਜੋ ਬਾਹਰ ਚਾਰ ਪੰਜ ਨਾ ਵੀ ਨਾ ਖਿਆਲ ਨੇ ਮੇਰਾ ਵੀਰ ਛੇ ਸੱਤ ਅੱਠ ਨੌ ਪਿਆਰ ਨਾਲ ਮੇਰਾ ਵੀਰ ਬਈ ਬਹੁਤ ਸੋਹਣੀ ਜੋਗ ਚੱਲੀ ਆ ਤੇਰੀ ਦਸ ਨਾ ਮੇਰਾ ਵੀਰ ਆ ਕੰਮ ਨਾ ਕਰ ਗਿਆਰਾਂ ਬਾਰਾਂ ਤੇਰਾਂ ਗੇੜੇ ਆ ਜੀ ਇੱਕ ਮਿੰਟ ਦੇ ਸਾਈਡ ਦੇ ਪ੍ਰੈਣ ਮੇਰਾ ਵੀਰ ਬਾਹਰ ਚੌਦਾਂ ਖਾਲੀ ਹੱਥ ਕੀ ਚਲੋ ਪੰਦਰਾਂ ਮਿੱਤਰ ਲੋਕ ਸਿੰਘ ਨਵਾਂ ਪਿੰਡ ਦੀ ਜੋਗ ਚੱਲਦੀ ਆ ਜੀ ਸੋਲਾਂ ਜਸਪ੍ਰੀਤ ਨਵਾਂ ਪਿੰਡ ਹਕਾਵਾ ਇਸ ਯੋਗ ਦਾ ਸਤਾਰਾਂ ਅਠਾਰਾਂ ਬੈਠ ਕੇ ਉੱਨੀ ਵੀਹ ਮੇਰਾ ਵੀਰ ਇੱਧਰੋਂ ਇੱਕ ਜਾਣੇ ਦੱਸੀ ਚੱਲੋ ਬਈ ਇੱਕੀ ਨਾ ਕਰੋ ਬਾਰੋ ਬਈ ਬੋਲ ਕੇ ਦੱਸੀ ਚੱਲੋ ਹਕਾਵੇ ਨੂੰ ਬਾਈ ਇਹਨਾਂ ਦੇ ਮਗਰ ਪਿੰਡ ਦੀ ਜੋ ਜਾਣੀ ਆ ਜੀ ਉਹ ਤਿਆਰੀ ਰੱਖੋ ਤੇਈ ਅਮਨਾ ਕਿੱਲਾ ਚੌਵੀ ਪੱਚੀ ਛੱਬੀ ਸਾਢੇ ਪੱਚੀ ਕਿਹੜੇ ਦੋ ਮਿੰਟ ਸਤਾਈ ਅਠਾਈ ਉਣੱਤੀ ਤੀਹ ਇਕੱਤੀ ਬੱਤੀ ਇੱਕ ਜਾਣਾ ਦੱਸੀ ਚੱਲੋ ਬਈ ਤੇਤੀ ਨਾ ਕੰਮ ਨਾ ਕਰੋ ਬਾਹਰੋ ਇੱਕ ਜਾਣਾ ਦੱਸਦਾ ਦੱਸੀ ਚੱਲੋ ਵਧੀਆ ਜੋ ਚੱਲਦੀ ਆ ਛੱਤੀ ਸੈਂਤੀ ਅਠੱਤੀ ਤਿੰਨ ਮਿੰਟ ਅਠੱਤੀ ਕਿਹੜੇ ਉਨਤਾਲੀ ਚਾਲੀ ਇਦੋਂ ਮਗਰ ਪਿੰਡ ਦੀ ਜੋ ਗਿਆ ਜੀ ਅਮਨਾ ਕਿੱਲਾ ਇਕਤਾਲੀ ਉਹ ਨਾ ਬੇ ਨਾ ਰੌਲਾ ਪਾਓ ਬਾਰੋ ਬਹਿ ਜਾ ਮੇਰਾ ਵੀਰ ਬੈਠ ਕੇ ਅੱਕ ਵੇ ਬਤਾਲੀ ਤਰਤਾਲੀ ਚੁਤਾਲੀ ਪੰਤਾਲੀ ਛਿਆਲੀ ਅਮਨਾ ਕਿੱਲਾ ਲਿਓ ਪਜਾਲੀ ਆਪਣੀ ਸੰਤਾਲੀ ਤੇ ਜੋਗ ਤਿਆਰ ਕਰਕੇ ਲਾਗੇ ਕਰ ਲਓ ਰਾਮ ਨਾਲ ਹੀ
49 ਬਹਿ ਜਾ ਮੇਰਾ ਵੀਰ ਬੈਠ ਕੇ 50 ਜਸਪਾ ਬੈਠ ਕੇ ਬਈ 50 ਗਿਣੇ 4 ਮਿੰਟ 51 52 ਉਹ ਨਾ ਬਈ ਆ ਕੰਮ ਨਾ ਕਰੋ ਯੋਗ ਨਾ ਕੈਂਸਲ ਕਰਾ ਲਓ ਆਖਰੀ ਗਿੜਿਆਂ ਤੇ 53 54 55 ਨਾ ਬਈ ਕਾਹਦੇ ਨੀ ਗੱਲ ਪਾ ਕੇ ਫਿਰ ਤੁਸੀਂ ਬਾਹਰੋ 57 ਸੀਟੀ ਵੱਜਣੀ ਆ ਹੁਣ ਫਿਰ ਤੁਸੀਂ ਫੇਰ ਰੌਲਾ ਪਾਉਣਾ 58 59 ਲਾਸਟ ਕਿਹੜਾ ਜੀ 7 4 ਮਿੰਟ 50 ਸਕਿੰਟ 0.4 50 0 ਲਿਆਓ ਜੀ ਪਿੰਡ ਦੀ ਜੋ ਗਿਆ ਅਮਨੇ ਗੱਲਾਂ ਦੀ ਲਿਆਓ ਜੀ ਜੋਗ ਅਮਨਾ ਗੱਲਾਂ 45 ਬੰਨ ਹੋ ਗਈ ਆ ਤੇ ਇੱਕ ਅਨਾਊਂਸਮੈਂਟ ਸੁਣੋ ਸਾਰੇ ਮੇਰੇ ਵੀਰ ਤੇ ਧੰਨਵਾਦ ਵੀ ਕਰਦੇ ਆ ਤੇ ਵੀਰ ਲਈ ਅਰਦਾਸ ਵੀ ਕਰਿਓ ਸਾਰੇ ਜੇਕਰ ਤਲਵਿੰਦਰ ਸਿੰਘ ਟੁੱਟ ਬਾਹਰ ਜਾਂਦੇ ਆ ਤੇ ਆਉਂਦੇ ਸਾਲ ਨੂੰ ਜੇਕਰ ਬੌਲਦ ਤੇ ਝੋਟਾ ਜੁੜਦੇ ਆ ਫਿਰ ਪਹਿਲੇ ਨੰਬਰ ਨੂੰ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ ਜੇਕਰ ਇਦਾਂ ਹੀ ਬਲਦ ਝੋਟੇ ਵੱਖਰੇ ਵੱਖਰੇ ਰਹੇ ਤਾਂ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਵੇਗਾ
ਬਹੁਤ ਬਹੁਤ ਧੰਨਵਾਦ ਹੈ ਤੇ ਬੇਨਤੀ ਹੈ ਸਾਰੇ ਬੋਲਣ ਵਾਲੇ ਵੀਰਾਂ ਨੂੰ ਕਰੋ ਵੀਰ ਦੇ ਲਈ ਅਰਦਾਸ ਭਰਾ ਸਾਡਾ ਬਾਹਰ ਵਿਦੇਸ਼ ਪਹੁੰਚੇ ਤੇ ਆਉਂਦੇ ਸਾਲ ਨੂੰ ਮੋਟਰਸਾਈਕਲ ਦਿੱਤਾ ਜਾਵੇ ਆਜੋ ਬਾਹਰ ਨੂੰ ਇੱਕ ਲਓ ਵੀ ਵਧੀਆ ਜੋੜੀ ਆ ਤੇ ਮੇਰਾ ਵੀਰ ਰੌਲਾ ਨਾ ਪਾਰੋ ਪਾਇਓ ਦੋ ਵਧੀਆ ਸਹਿਯੋਗੀ ਦਿਓ ਤਿੰਨ ਚਾਰ ਇੱਕ ਜਣੇ ਦੱਸੀ ਚੱਲਿਓ ਬਾਹਰੋਂ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਸਾਢੇ ਤੇਰਾਂ ਤੋਂ ਇੱਕਰ ਮੁੱਕ ਰਿਹਾ ਜੀ ਇੱਕ ਮਿੰਟ ਦੇ ਪੰਦਰਾਂ ਰਾਸੀ ਬਾਲਦ ਸਵਰਗਵਾਸੀ ਅਮਰੀਕ ਸਿੰਘ ਮਾਨ ਜਮਸ਼ੇਰ ਜੀ ਕੁਲਵਿੰਦਰ ਸਿੰਘ ਮਾਨ ਜਮਸ਼ੇਰ ਪਿਆਰ ਨੇ ਮੇਰਾ ਵੀਰ ਬੇ ਸਤਾਰਾਂ ਹੁਣ ਦਾ ਖਿਆਲ ਰੱਖ ਕੇ ਉੱਪਰਲੇ ਪਾਸੇ ਪੱਛਾ ਏਸੀ ਨਗਰ ਦਾ ਚੱਲਦਾ ਜੀ ਅਠਾਰਾਂ ਅਮਨੇ ਗਿੱਲਾਂ ਦਾ ਉੱਨੀ ਬਿੱਲਾ ਪੀੜ ਬਾਂਸੀਆਂ ਹਕਾਵਾ ਇਸ ਯੁੱਗ ਦਾ ਨਾ ਫੇ ਨਾ ਪਿਆਰ ਨੇ ਮੇਰਾ ਵੀਰ ਪਿਆਰ ਨਾਲ ਬਹੁਤ ਸੋਹਣੀ ਯੁੱਗ ਚੱਲਦੀ ਆ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਦੋ ਮਿੰਟ ਛੱਬੀ ਕਿਹੜੇ ਸਤਾਈ ਅਠਾਈ ਪਿਆਰ ਨੇ ਬਈ ਪਿਆਰ ਨਾਲ ਬਹੁਤ ਸੋਹਣੀ ਜੋਕ ਚੱਲਦੀ ਆ ਉਣੱਤੀ ਪਿਆਰ ਨੇ ਹੱਕੀ ਚੱਲ ਮੇਰਾ ਵੀਰ ਤੀਹ ਨਾ ਵੀ ਨਾ ਬਾਹਰੋਂ ਨਹੀਂ ਇਕੱਤੀ ਬੱਤੀ ਇਹਨਾਂ ਦੇ ਮਗਰ ਛਿਆਲੀ ਨੰਬਰ ਜੋਕ ਤਿਆਰ ਰੱਖੋ ਜਰਨੈਲ ਸਿੰਘ ਕੰਗ
33 46 ਨੰਬਰ ਜਰਨੈਲ ਸਿੰਘ ਕੰਗ 34 35 ਨਾ ਵੀ ਨਾ ਬਾਰੋ ਨੀ 36 37 38 39 ਸਾਢੇ 38 ਗੇੜੇ 3 ਮਿੰਟ ਪਿਆਰ ਨੇ ਮੇਰਾ ਵੀਰ ਪਿਆਰ ਨਾਲ 40 41 46 ਨੰਬਰ ਜਰਨੈਲ ਸਿੰਘ ਕੰਗ 42 ਕਰ ਲਓ ਜੀ ਯੋਗ ਆਪਣੀ ਤਿਆਰ ਕਰਕੇ ਲਾਗੇ 43 46 ਤੋਂ ਬਾਅਦ 47 48 ਕੱਟ ਹੋਈਆਂ 44 46 ਬਾਅਦ 49 ਵਾਲੇ ਤਿਆਰੀ ਰੱਖਿਓ ਹਿੰਦੀ ਸੁਣਨ 45 46 47 ਨਾ ਮੇਰਾ ਵੀਰ ਪਿਆਰ ਨਾਲੇ 48 49 50 51 ਪੌਣੇ 51 ਕਿਹੜੇ 4 ਮਿੰਟ 52 53 54 ਪਿਆਰ ਨੇ ਬਈ 55 56 57 58 59 ਲਾਸਟ ਕਿਹੜਾ ਜੀ 60 4 ਮਿੰਟ 46 ਸਕਿੰਟ 07 ਪੁਆਇੰਟ ਇਸ ਯੁੱਗ ਦਾ ਸਮਾਂ 4:46:07 ਦੇ ਨਾਲ ਲੱਗਿਆ ਜੀ ਆਜੋ 46 ਨੰਬਰ ਜਰਨੈਲ ਸਿੰਘ ਕੰਗ ਲਿਆਓ ਜੀ 46 ਨੰਬਰ ਜਰਨੈਲ ਸਿੰਘ ਕੰਗ 'ਤੇ ਤਲਵਿੰਦਰ ਸਿੰਘ ਟੁੱਟ ਉਹਨਾਂ ਵੱਲੋਂ ਅਨਾਊਂਸਮੈਂਟ ਕਰਵਾਈ ਜਾਂਦੀ ਆ ਵੀ ਜੇਕਰ ਸਾਂਝੇ ਵੀ ਜੁੜਦੇ ਆ ਬਲਦ ਦੇ ਝੋਟਾ ਜੇਕਰ ਇਕੱਠੇ ਜੁੜਨਗੇ ਤਾਂ ਵੀ ਇੱਕ ਮੋਟਰਸਾਈਕਲ ਪੱਕਾ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ
ਜਸਪਿੰਦਰ ਇਟਲੀ ਉਹਨਾਂ ਵੱਲੋਂ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਵੇਗਾ ਜੇਕਰ ਸਾਂਝੇ ਵੀ ਜੁੜਦੇ ਆ ਤਾਂ। ਤਲਵਿੰਦਰ ਸਿੰਘ ਟੁੱਟ ਉਹਨਾਂ ਵੱਲੋਂ ਅਰਦਾਸ ਬੇਨਤੀ ਪੂਰੀ ਹੋਣ ਤੇ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ। ਬਹੁਤ ਬਹੁਤ ਧੰਨਵਾਦ ਕਰਦੇ ਵੀਰ ਦਾ। ਤਲਵਿੰਦਰ ਸਿੰਘ ਟੁੱਟ ਜਸਪਿੰਦਰ ਸਿੰਘ ਸਪੇਨ ਇੱਕ ਨਾ ਵੀ ਨਾ ਰਸੇ ਤੋਂ ਪਿੱਛੇ ਨੂੰ ਹੋ ਜਾਓ ਮੇਰਾ ਵੀਰ। ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਖਿਆਲ ਹੈ ਮੇਰਾ ਵੀਰ ਕੋਈ ਬਹੁਤ ਸੋਹਣੀ ਜੋਕ ਚੱਲਦੀ ਆ। ਤੇਰਾਂ ਸਵਾ ਤੇਰਾਂ ਕਿਹੜੇ ਆ ਜੀ ਇੱਕ ਮਿੰਟ ਦੇ। ਚੌਦਾਂ ਰਾਸੀ ਬੋਲ ਗੋਪੀ ਬੜਿਆਲ ਦਾ ਚੱਲਦਾ ਜੀ। ਪੰਦਰਾਂ ਉੱਪਰਲੇ ਪਾਸੇ ਬੋਲ ਜਰਨੈਲ ਸਿੰਘ ਕੰਗ ਦਾ ਚੱਲਦਾ ਜੀ। ਸੋਲਾਂ ਸੁੱਖਾ ਕੋਟਲਾ ਪਾਗੂ ਹਕਾਵਾ ਇਸ ਯੋਗ ਦਾ। ਸਤਾਰਾਂ ਅਠਾਰਾਂ ਉੱਨੀ ਵੀਹ ਅਮਨਾ ਗਿੱਲਾ ਇੱਕੀ ਸਵਰਗਵਾਸੀ ਅਮਰੀਕ ਸਿੰਘ ਮਾਨ ਜਮਸ਼ੇਦ ਪੰਜ ਪੰਜ ਸੌ ਰੁਪਇਆ ਬਾਈ ਬਿੱਲੇ ਪੀੜ ਬਾਂਸੀਆਂ ਲੈ ਦਿੰਦੇ। ਤੇਈ ਚੌਵੀ ਖਿਆਲ ਲੈ ਵੇ ਖਿਆਲ ਨਾਲ ਬਹੁਤ ਸੋਹਣੀ ਜੋਗ ਚੱਲਦੀ ਆ। ਪੱਚੀ ਛੱਬੀ ਸਾਢੇ ਪੱਚੀਆਂ ਤੋਂ ਦੋ ਕਰਮਾਂ ਉੱਪਰ ਆ ਜੀ ਦੋ ਮਿੰਟ। ਸਤਾਈ ਅਠਾਈ ਤੇ ਅੱਜ ਦਾ ਖੇਡ ਮੇਲਾ ਘੁੰਮਣ ਲਾਈਵ ਟੀਵੀ ਤੇ ਲਾਈਵ ਚੱਲਦਾ ਹੈ ਜੀ। ਉਣੱਤੀ ਜਿੰਨੇ ਵੀ ਸਾਡੇ ਵੀਰ ਭਰਾ ਇਹਨਾਂ ਦੇ ਵੀਰ ਬੈਠੇ ਲਾਈਵ ਦੇਖਦੇ ਆ ਤੀਹ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ।
31 32 ਖਿਆਲ ਨਾ ਬਈ 33 34 35 36 37 38 37.5 ਗੇੜੇ ਆ ਜੀ 3 ਮਿੰਟਾਂ ਦੇ 39 ਇਹਨਾਂ ਦੇ ਮਗਰ 49 ਨੰਬਰ ਜੋ ਪਿਆਰ ਰੱਖੋ 40 ਇੰਦੀ ਸੁੰਨੜ 41 49 ਨੰਬਰ ਇੰਦੀ ਸੁੰਨੜ 42 45 ਆਪਣੀ ਲਿਆਓ ਤੇ ਜੋ ਪਿਆਰ ਕਰਕੇ ਲਾਗੇ ਕਰ ਲਓ ਜੀ 43 44 ਖਿਆਲ ਨੇ ਮੇਰਾ ਵੀਰ 45 46 47 48 ਪਿਆਰ ਨੇ ਮੇਰਾ ਵੀਰ ਬਈ 49 50 49.5 ਗੇੜੇ 4 ਮਿੰਟ 51 ਛੱਡ ਕੇ ਪੁੱਛ ਲਓ 52 53 54 ਨਾ ਵੀ ਨਾ ਮੇਰਾ ਵੀ 55 ਛੱਡ ਕੇ ਪੁੱਛ 56 57 58 59 ਲਾਸਟ ਗੇੜਾ ਜੀ 60 4 ਮਿੰਟ 53 ਸਕਿੰਟ 56 ਪੁਆਇੰਟ 4 53 56 ਲਿਆ ਜੀ 49 ਨੰਬਰ ਜੋਗ ਇੰਦੀ ਸੁੰਨੜ 50 ਤੇ ਤਿਆਰੀ ਰੱਖੋ ਭੀਰਾ ਮੀਰ ਪਰਮਾੜੀ 51 ਤੇ ਅਮਰੀਕ ਸਿੰਘ ਆਦੀ
ਜਰਨੈਲ ਸਿੰਘ ਕੰਗ 500 ਰੁਪਈਆ ਸੁੱਖੇ ਕੋਟਲੇ ਭਾਗੂ ਨੂੰ ਦਿੰਦੇ ਜੀ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸਾਢੇ ਚੌਦਾਂ ਤੋਂ ਇੱਕ ਕਦਮ ਉੱਪਰ ਹੈ ਜੀ, ਇੱਕ ਮਿੰਟ ਦੇ। ਸੋਲਾਂ ਇਰਾਸੀ ਬਾਲ ਚੱਲਦਾ ਜੀ ਸਰੂਪ ਸਿੰਘ ਖਾਨ ਖਾਨਾ ਦਾ। ਸਤਾਰਾਂ ਉੱਪਰਲੇ ਪਾਸੇ ਬੱਛਾ ਚੱਲਦਾ ਜੀ ਇੰਦੀ ਸੁੰਨੜ। ਅਠਾਰਾਂ ਕਮਲ ਜੀ ਸੁੰਨੜ ਮੀਕੇ ਜੜਿਆਲੀ ਦਾ। ਉੱਨੀ ਸੋਢੀ ਸਿੰਘ ਰਸੂਲਪੁਰ ਦਾ। ਵੀਹ ਸੋਢੀ ਰਸੂਲਪੁਰ ਹਕਾਵਾ ਇਸ ਯੁੱਗ ਦਾ। ਇੱਕੀ ਬਾਈ ਤੇਈ
24 25 26 27 28 29 ਪੌਣੇ 29 ਗੇੜੇ ਜੀ 2 ਮਿੰਟ ਦੇ 30 ਬਹੁਤ ਵਧੀਆ ਜੋਗ ਚੱਲਦੀ ਆਵੇ 31 ਤੇ ਬਾਹਰੋਂ ਕੋਈ ਵੀ ਹਿਲਜੁਲ ਨਾ ਕਰਿਓ ਚੱਲਦੀ ਜੋਗ ਤੇ 32 ਨਾ ਬਈ ਨਾ 33 ਰੋਲੇ ਬਿਨਾ ਹੀ ਬਹੁਤ ਵਧੀਆ ਚੱਲਦੇ ਆ 34 ਭਾਈ ਦੱਸ ਐ ਜੋਗ ਦਿਓ ਬਾਹਰੋਂ 35 36 37 38 ਬੈਠ ਕੇ ਮੇਰਾ ਵੀਰ ਬਈ ਛੋਟੀ ਪਾ ਬੈਠ ਕੇ ਬਈ 39 40 41 42 ਬਹੁਤ ਵਧੀਆ ਜੋਗ ਚੱਲਦੀ ਆ ਜੀ 43 42 ਤੋਂ ਇੱਕ ਰੋ ਉੱਪਰ ਆ ਜੀ 3 ਮਿੰਟਾਂ ਦੇ 44 45 46 ਨਾ ਰੌਲਾ ਪਾਓ ਬੇ ਬਰੋ 47 ਇਹਨਾਂ ਦੇ ਮਗਰ 50 ਨੰਬਰ 48 ਵੀਰਾ ਮੀਰਪੁਰ ਮਾੜੀ ਜੋਗ ਆਪਣੀ ਤਿਆਰ ਕਰਕੇ ਲਾਗੇ ਕਰ ਲਓ 49 ਨਾ ਬਈ ਨਾ ਬਾਹਰੋਂ ਨਾ ਰੌਲਾ ਪਾਓ 50 51 52 53 54 ਬੈਠ ਕੇ ਮੇਰਾ ਵੀਰ 55 ਬਹਿ ਜਾ ਮੇਰਾ ਵੀਰ ਬੈਠ ਕੇ ਬਹੁਤ ਸੋਹਣੀ ਜੋਗ ਚੱਲਦੀ ਆ ਬਈ 56 57 58 ਨਾਟ ਲਾਸਟ ਗੇੜਾ ਜੀ 60 ਲਓ ਬਈ ਮਾਰ ਦਿਓ ਤਾੜੀਆਂ ਇੱਕ ਵਾਰ ਇਸ ਜੋਗ ਦੇ ਲਈ ਬਹੁਤ ਹੀ ਵਧੀਆ ਜੋਗ ਚੱਲੀ ਆ ਤੇ ਸਮਾਂ ਵੀ ਸੁਣੋ ਗੌਰ ਦੇ ਨਾਲ 4 ਮਿੰਟ 21 ਸਕਿੰਟ 56 ਪੁਆਇੰਟ 4 21 56 ਦੇ ਨਾਲ ਸਮਾਂ ਲੱਗਿਆ ਜੀ ਬਹੁਤ ਸੋਹਣੀ ਜੋਗ ਚੱਲੀ ਆ ਜੀ ਸਰੂਪ ਸਿੰਘ ਖਾਨ ਖੰਨਾ ਇੰਦੀ ਸੁਣਨੜ ਦੀ ਸਰੂਪ ਸਿੰਘ ਖਾਨ ਖਾਨਾ 1000 ਰੁਪਇਆ
ਸੋਢੀ ਰਸੂਲ ਪੌਲੀ ਦਿੰਦੇ ਆ ਜੀ ਲਿਆਓ 50 ਨੰਬਰ ਜੋਗ ਵੀਰਾ ਮੀਰ ਪਰਮਾੜੀ ਸਰੂਪ ਸਿੰਘ ਖਾਨ ਖਾਨਾ ਸਾਡੇ ਵਾਸਤੇ ਵੀ 200 ਰੁਪਇਆ ਦਿੰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਜੀ 1000 ਰੁਪਇਆ ਇੰਦੀ ਸੁੰਨੜ ਸੋਢੀ ਰਸੂਲ ਪੌਲੀ ਦਿੰਦੇ ਆ ਜੀ ਛੱਬੀ
ਹੋ ਜਾ ਬਾਹਰ ਹੋ ਜਾ ਮੇਰਾ ਵੀਰ ਨਾ ਵੀ ਨਾ ਜੋ ਬਾਹਰ ਰੱਸੇ ਤੋਂ ਬਾਹਰ ਨੂੰ ਆ ਜਾਓ ਮੇਰਾ ਵੀਰ ਇੱਕ ਵਧੀਆ ਜੋੜੀ ਆ ਤੇ ਇੱਕ ਜਣੇ ਦੱਸੀ ਚੱਲਿਓ ਦੁਆਰਾ ਪਾਇਓ ਬਾਕੀ ਵੇ ਰੱਸੇ ਤੋਂ ਹੋ ਜਾਓ ਥੋੜੇ ਜਿਹੇ ਪਿੱਛੇ ਨੂੰ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੌਣੇ ਚੌਦਾਂ ਗੇੜੇ ਆ ਜੀ ਇੱਕ ਮਿੰਟ ਦੇ ਪੰਦਰਾਂ 84 ਬਾਲ ਦਾ ਗੁਰਮਿੰਦਰ ਸਿੰਘ ਪ੍ਰਧਾਨ ਰੁੜਕਾ ਖੁਰਦ ਦਾ ਚੱਲਦਾ ਜੀ ਸੋਲਾਂ ਉੱਪਰਲੇ ਪਾਸੇ ਬਾਲ ਦਾ ਸਰਜੀਤ ਸਿੰਘ ਸਾਧਪੁਰ ਸਤਾਰਾਂ ਸਾਹਿਬ ਸਾਧਪੁਰ ਗੋਪੀ ਸਰਪੰਚ ਸਾਧਪੁਰ ਦਾ ਚੱਲਦਾ ਜੀ ਅਠਾਰਾਂ ਸੁਖਵਿੰਦਰ ਕਾਨਾ ਢੇਸੀਆਂ ਕਾਵਾ ਇਸ ਯੋਗ ਦਾ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਕਰਮ ਘੱਟ ਸਤਾਈ ਗੇੜੇ ਦੋ ਮਿੰਟਾਂ ਦੇ ਜੀ ਅਠਾਈ ਪਿਆਰ ਨੇ ਮੇਰਾ ਵੀਰ ਉਣੱਤੀ ਬਹੁਤ ਸੋਹਣੀ ਜੋਗ ਚੱਲਦੀ ਆ ਪਿਆਰ ਨੇ ਮੇਰਾ ਵੀਰ ਹੱਕੀ ਚੱਲਿਓ ਤੀਹ ਬਾਹਰੋਂ ਇੱਕ ਜਾਣੇ ਦੱਸੀ ਚੱਲਿਓ ਬੈਠ ਕੇ ਇਕੱਤੀ ਨਾ ਵੀ ਨਾ ਬਾਹਰੋਂ ਇੱਕ ਜਾਣੇ ਬੱਤੀ ਤੀਤੀ ਚੌਂਤੀ ਪੈਂਤੀ ਬਹਿ ਜਾ ਮੇਰਾ ਵੀਰ ਬੈਠ ਕੇ ਛੱਤੀ ਸੈਂਤੀ ਅਠੱਤੀ ਉਨਤਾਲੀ ਚਾਲੀ ਚਾਲੀਆਂ ਤੇ ਕਰਮ ਉੱਪਰਿਆ ਜੀ ਤਿੰਨਾਂ ਮਿੰਟਾਂ ਦੇ ਇਕਤਾਲੀ ਬਤਾਲੀ ਤਰਤਾਲੀ ਨਾ ਵੀ ਨਾ ਬਾਹਰੋਂ ਇੱਕ ਜਣਾ ਦੱਸੀ ਚੱਲੋ ਚੁਤਾਲੀ ਬਹੁਤ ਸੋਹਣੀ ਜੋਗ ਚੱਲਦੀ ਤੁਹਾਡੀ ਪੰਤਾਲੀ ਪਿਆਰ ਨੇ ਮੇਰਾ ਵੀਰ ਛਿਆਲੀ ਸੰਤਾਲੀ ਅੜਤਾਲੀ ਉਣੰਜਾ ਵੀ ਨਾ ਖਿਆਲ ਨਾਲ ਪੰਜਾਹ ਇਕਵੰਜਾ
52 53 53 ਤੋਂ ਇੱਕ ਕਰਮ ਉੱਪਰਿਆ ਜੀ 4 ਮਿੰਟਾਂ ਦੇ 54 ਨਾ ਵੇ ਬਾਹਰੋਂ ਇੱਕ ਜਣੇ ਦੱਸੀ ਚੱਲੋ ਬਹੁਤ ਸੋਹਣੀ ਜੋਗ ਚੱਲਦੀ ਆ 55 ਇਹਨਾਂ ਦੇ ਮਗਰ 55 ਨੰਬਰ ਜੋਗ ਮਨਜੀਤ ਸਿੰਘ ਐਮਾ ਜੱਟਾਂ 56 ਜੋਗ ਆਪਣੀ ਤਿਆਰ ਕਰਨ ਲੱਗ ਗਏ ਕਰ ਲਓ ਜੀ ਨਾ ਵੀ ਨਾ ਬਾਹਰੋਂ ਨਹੀਂ ਵੇ 57 58 58 ਲਾਸਟ ਗੇੜਾ ਜੀ 60 ਬਹੁਤ ਵਧੀਆ ਜੋਗ ਚੱਲੀ ਆ ਬਈ ਤੇ ਸਮਾਂ ਸੁਣੋ ਗੌਰ ਦੇ ਨਾਲ 4 ਮਿੰਟ 32 ਸਕਿੰਟ 75 ਪੁਆਇੰਟ 4 32 75 ਦੇ ਨਾਲ ਸਮਾਂ ਲੱਗਿਆ ਜੀ ਹਲੇ ਤੱਕਰ ਚੱਲੀਆਂ ਜੋਗਾਂ ਚੋਂ ਤੀਜੇ ਨੰਬਰ ਤੇ ਲਿਆਓ ਜੀ 55 ਨੰਬਰ ਜੋਗ ਮਨਜੀਤ ਸਿੰਘ ਸਰਪੰਚ ਐਮਾ ਜੱਟਾਂ ਉਹਨਾਂ ਦੇ ਮਗਰ 57 ਤੇ ਤਿਆਰੀ ਰੱਖਿਓ ਜਸਵੰਤ ਸਿੰਘ ਰਹੀਮਪੁਰ 58 ਤੇ ਸਾਹਿਬ ਸਾਧਪੁਰ ਤੇ ਲਾਸਟ ਜੋਗ ਜੱਗਾ ਮਲੀਆਂ ਗੁਰਮਿੰਦਰ ਸਿੰਘ ਪ੍ਰਧਾਨ ਰੜਕਾ ਖੁਰਦ 500 ਰੁਪਇਆ ਸੁਖਵਿੰਦਰ ਕਾਨਾ ਢੇਸੀਆਂ ਵਾਲੇ ਦਿੰਦੇ ਆ ਜੀ ਗੋਪੀ ਸਰਪੰਚ ਸਾਧਪੁਰ 1000 ਰੁਪਇਆ ਸੁਖਵਿੰਦਰ ਕਾਨਾ ਢੇਸੀਆਂ ਲਈ ਦਿੰਦੇ ਆ ਜੀ ਲਿਆਓ ਜੀ ਜੋਗ 45 ਬੰਨ ਹੋ ਗਈ ਆਜੋ ਮੇਰਾ ਵੀਰ ਜਲਦੀ ਦੇ ਨਾਲ ਇਹਨਾਂ ਦੇ ਮਗਰ ਜਸਵੰਤ ਸਿੰਘ ਰਹੀਮਪੁਰ ਜੋਗ ਆਪਣੀ ਤਿਆਰ ਰੱਖਿਓ ਉਸ ਤੋਂ ਮਗਰ ਸਾਹਿਬ ਸਾਧਪੁਰ ਤੇ ਲਾਸਟ ਜੋਗ ਜੱਗਾ ਮਲੀਆ
ਲੈਓ ਵੀ ਯੋਗ ਮਨਜੀਤ ਸਿੰਘ ਸਰਪੰਚ ਐਮਾ ਜੱਟਾਂ ਇੱਕ ਬਸ ਵੀ ਹੋਰ ਨਾ ਰੌਲਾ ਪਾਇਓ ਬਾਰ ਦੋ ਤਿੰਨ ਨਾ ਬਈ ਨਾ ਮੇਰਾ ਵੀਰ ਚਾਰ ਪੰਜ ਛੇ ਮੇਰਾ ਵੀਰ ਨਾ ਰੌਲਾ ਪਾਓ ਸਾਰੇ ਬੰਨਿਓ ਸੱਤ ਹਲੇ ਤਾਂ ਮਿੰਟ ਹੀ ਪਹਿਲਾਂ ਆਪਣਾ ਜ਼ੋਰ ਵੀ ਲਾਉਣ ਦਿਓ ਬੋਲਦਾ ਨੂੰ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਦੋ ਕਰਮਾਕਟ ਚੌਦਾਂ ਗੇੜੇ ਆ ਜੀ ਇੱਕ ਮਿੰਟ ਪੰਦਰਾਂ ਰਾਸੀ ਬਾਲ ਦਾ ਜੀਤ ਹੱਲੂਵਾਲ ਸੁੱਖੇ ਹੱਲੂਵਾਲ ਦਾ ਚੱਲਦਾ ਜੀ ਸੋਲਾਂ ਉੱਪਰਲੇ ਪਾਸੇ ਬਾਲ ਦਾ ਮਨਜੀਤ ਸਿੰਘ ਸਰਪੰਚ ਸਤਾਰਾਂ ਐਵਾਂ ਜੱਟਾਂ ਦਾ ਚੱਲਦਾ ਜੀ ਅਠਾਰਾਂ ਬਿੱਲਾ ਬੀੜ ਬੰਸੀਆਂ ਕਾਵਾ ਇਸ ਯੋਗ ਦਾ ਉੱਨੀ ਵੀਹ ਇੱਕੀ ਨਾ ਵੇ ਨਾ ਮੇਰਾ ਵੀਰ ਆ ਕੰਮ ਨਾ ਕਰੋ ਤੇਈ ਪਿਆਰ ਨਾ ਮਿਲੇ ਪਰ ਚੌਵੀ ਪੱਚੀ ਛੱਬੀ ਸਤਾਈ ਸਤਾਈ ਤੋਂ ਇੱਕ ਕਰਮ ਉੱਪਰ ਆ ਜੀ ਦੋ ਮਿੰਟ ਅਠਾਈ ਪਿਆਰ ਨੇ ਪਿਆਰ ਨੇ ਮੇਰਾ ਵੀ ਖਿਆਲ ਨਾਲ ਬਈ ਤੀਹ ਇਕੱਤੀ ਬੱਤੀ ਤੇਤੀ ਨਾ ਬਈ ਨਾ ਮੇਰਾ ਵੀਰ ਕਾਹਤੇ ਨੀ ਯਾਰ ਗੱਲ ਮੰਨਦੇ ਤੁਸੀਂ ਚੌਂਤੀ
35 36 37 38 39 40 ਪੌਣੇ 40 ਗੇੜੇ 3 ਮਿੰਟ 41 ਖਿਆਲ ਨੇ ਮੇਰਾ ਵੀਰ ਖਿਆਲ ਨਾਲ 42 ਬਹੁਤ ਵਧੀਆ ਜੋਕ ਚੱਲਦੀ ਤੇਰੀ ਇਹਨਾਂ ਦੇ ਮਗਰ 57 ਨੰਬਰ 43 ਜਸਵੰਤ ਸਿੰਘ ਰਹੀਮਪੁਰ ਆਪਣੀ ਜੋਕ ਤਿਆਰ ਰੱਖੋ ਜੀ 44 ਯਾਰ ਕਾਦੇ ਨਹੀਂ ਗੱਲ ਮੰਨਦੇ ਸੀੜੀ ਵੱਜ ਗਈ ਫੇਰ ਵੀ ਤੁਸੀਂ ਰੌਲਾ ਪਾਉਂਦੇ ਆ ਗਏ 45 ਸੋ ਮੇਰਾ ਵੀਰ ਜਿਹੜਾ ਕੰਮ ਨਹੀਂ ਹੋਇਆ ਉਹ ਨਾ ਕਰਿਆ ਕਰੋ 46 47 48 49 ਛੱਡ ਕੇ 50 51 52 ਸਵਾ 52 ਕਿਹੜੇ 4 ਮਿੰਟ 53 ਖਿਆਲ ਨਾਲ ਹੀ ਬਈ 54 55 56 57 58 ਨਾਟ ਲਾਸਟ ਗੇੜਾ ਜੀ 60 ਇਸ ਯੁੱਗ ਦਾ ਸਮਾਂ 4 ਮਿੰਟ 36 ਸਕਿੰਟ 62 ਮਿੰਟ 4:36:62 ਲਿਓ ਜੀ ਜੋਗ ਜਸਵੰਤ ਸਿੰਘ ਰਹੀਮਪੁਰ ਜੀਤ ਹੱਲੂਵਾਲ 500 ਰੁਪਇਆ ਬਿੱਲੇ ਬੀੜ ਬੰਸੀਆਂ ਲਈ ਦਿੰਦੇ ਆ ਜੀ
ਬਈ ਲੈ ਆਓ ਜੀ ਯੋਗ। ਹੋ ਜਾਓ ਪਿੱਛੇ ਨੂੰ। ਇੱਕ ਦੋ ਆ ਜਾ ਮੇਰਾ ਵੀਰ, ਆ ਜਾ ਬਾਹਰ ਨੂੰ। ਤਿੰਨ ਮਨਜੀਤ ਸਿੰਘ ਸਰਪੰਚ ਐਮਾ ਜੱਟਾ 500 ਰੁਪਇਆ। ਚਾਰ ਬਿੱਲੇ ਬੀੜ ਬੰਸੀਆਂ ਲਈ ਦਿੰਦੇ ਆ ਜੀ। ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ 13 ਤੋਂ ਦੋ ਕਰਮਾ ਉੱਪਰ ਹੈ ਜੀ, 1 ਮਿੰਟ ਦੇ। 14 83 ਬਾਲ ਜਸਵੰਤ ਸਿੰਘ ਰਹੀਮਪੁਰ ਦਾ ਚੱਲਦਾ ਜੀ। 15 ਹਰਮਨ ਰਹੀਮਪੁਰ ਦਾ ਉੱਪਰਲੇ ਪਾਸੇ। 16 ਸਵਰਗਵਾਸੀ ਅਮਰੀਕ ਸਿੰਘ ਮਾਨ ਜਮਸ਼ੇਰ ਕੁਲਵਿੰਦਰ ਸਿੰਘ ਮਾਨ ਜਮਸ਼ੇਰ ਦਾ ਬਾਲ ਚੱਲਦਾ ਜੀ। 17 ਬਿੰਦਾ ਅਠੌਲਾ ਹਕਾਵਾ ਇਸ ਯੋਗ ਦਾ। 18 ਇਹਨਾਂ ਦੇ ਮਗਰ ਸਾਹਿਬ ਸਾਧਪੁਰ। 19 ਤੇ ਉਹਨਾਂ ਤੋਂ ਮਗਰ ਲਾਸਟ ਯੋਗ ਜੱਗਾ ਮੱਲੀਆ। 20 ਰਿਜ਼ਲਟ ਸਾਡੇ ਕੋਲ ਲਗਭਗ 21 ਕੱਚਾ ਰਿਜ਼ਲਟ ਤਿਆਰ ਆ। ਕੱਲ 11 ਇਨਾਮ ਦਿੱਤੇ ਜਾਣਗੇ ਜੀ। 22 23 ਤੇ ਜਿਹੜਾ 11 ਨੰਬਰਾਂ ਦਾ ਕੱਚਾ ਰਿਜ਼ਲਟ ਹਲੇ ਤੱਕ 24 ਲਗਭਗ 4 49 40 ਨਾ ਬਣਦੇ ਜੀ 11 ਨੰਬਰ। 26 4 49 40 ਦੇ ਨਾਲ 11 ਇਨਾਮ ਬਣਦੇ ਜੀ। 27 25.5 ਗੇੜੇ 2 ਮਿੰਟਾਂ ਦੇ। 28 29 30 31 ਤੇ ਅੱਜ ਦੇ ਇਸ ਖੇਡ ਮੇਲੇ ਤੇ ਹਜ਼ੂਰ ਆਸਟ੍ਰੇਲੀਆ 32
ਅਮਨਾ ਜੂਕੇ ਸ਼ਰਨਜੀਤ ਇਟਲੀ ਇਹਨਾਂ ਵੀਰਾਂ ਵੱਲੋਂ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਚਾਂਤੀ ਸਾਰੇ ਹਕਾਵੇ ਵੀਰਾਂ ਦਾ ਮਾਨ ਸਨਮਾਨ ਵੱਡੇ ਕੱਪਾਂ ਦੇ ਨਾਲ ਕੀਤਾ ਗਿਆ ਤੇ ਉੱਥੇ 35 ਮਾਨ ਸਨਮਾਨ 36 ਸਾਬੀ ਕੋਚ ਰਾਂਗੜੇ ਦਾ 5100 ਰੁਪਇਆ 37 ਤੇ ਵੱਡੇ ਕੱਪ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਉਹਨਾਂ ਨੂੰ ਬੇਨਤੀ ਆ 38 ਆ ਜੋ ਚੱਲਣ ਤੋਂ ਬਾਅਦ ਪੈੜ ਚ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲਿਓ ਜੀ 39 37 ਗੜੇ ਜੀ 3 ਮਿੰਟਾਂ ਦੇ 40 ਸਾਬੀ ਕੋਚ ਰਾਂਗੜਾ 41 5100 ਰੁਪਇਆ ਤੇ ਵੱਡੇ ਕੱਪ ਦੇ ਨਾਲ ਮਾਨ ਸਨਮਾਨ ਹੈ ਜੀ 42 ਆ ਜੋਗ ਚੱਲਣ ਤੋਂ ਬਾਅਦ ਆਪਣਾ ਸਨਮਾਨ ਪ੍ਰਾਪਤ ਕਰ ਲਿਓ 43 44 ਤੇ ਇੱਕ ਵਾਰ ਫਿਰ ਤੋਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਜਿੰਨੇ ਵੀ ਵੀਰਾਂ ਵੱਲੋਂ 45 ਅੱਜ ਦੇ ਇਸ ਖੇਡ ਮੇਲੇ ਤੇ ਸਹਿਯੋਗ ਦਿੱਤਾ ਗਿਆ ਸੇਵਾ ਕੀਤੀ ਗਈ ਸੀ 46 ਸਮੂਹ NRI ਵੀਰਾਂ ਦਾ ਧੰਨਵਾਦ ਕਰਦੇ ਹਾਂ ਸਮੂਹ ਪ੍ਰਬੰਧਕ ਕਮੇਟੀ ਨਗਰ ਨਿਵਾਸੀਆਂ ਦਾ ਧੰਨਵਾਦ 47 48 ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਰੱਖੇ ਆਉਂਦੇ ਸਾਲ ਨੂੰ ਵੀ 49 ਇਸੇ ਤਰ੍ਹਾਂ ਇਸ ਨਗਰ ਵਿੱਚ ਹੜ ਦੌੜ ਹੋਵੇ 50 51 52 ਇਹਨਾਂ ਤੋਂ ਮਗਰ ਸਾਹਿਬ ਸਾਧਪੁਰ ਜੋਗ ਆਪਣੀ ਤਿਆਰ ਕਰਕੇ ਲਾਗੇ ਕਰ ਲਓ ਜੀ 53 ਸਾਹਿਬ ਸਾਧਪੁਰ 54 55 56 57 58 59 ਲਾਸਟ ਗੜਾ ਜੀ 60 ਇਸ ਯੁੱਗ ਦਾ ਸਮਾਂ 5 ਮਿੰਟ 1 ਸੈਕਿੰਡ 31 ਪੁਆਇੰਟ 5:31 ਦੇ ਨਾਲ ਸਮਾਂ ਲੱਗਿਆ ਜੀ ਲਿਆਓ ਅਗਲੀ ਯੁੱਗ ਸਾਹਿਬ ਸਾਧਪੁਰ ਤੇ ਲਾਸਟ ਯੁੱਗ ਤਿਆਰ ਰੱਖਿਓ ਜੱਗਾ ਮੱਲੀਆਂ ਹਾਂਜੀ ਆ ਜਾਓ ਜੀ ਸਾਬੀ ਕੋਚ ਰਾਂਗੜਾ ਤੇ ਪ੍ਰਭ ਖੇੜਾ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਤੇ ਸੰਦੀਪ ਸਿੰਘ ਪੱਦੀ ਜਗੀਰ ਉਹਨਾਂ ਦਾ ਮਾਨ ਸਨਮਾਨ ਹਜੂਰ ਆਸਟ੍ਰੇਲੀਆ ਅਮਨਾ ਜੂਕੇ ਸ਼ਰਨਜੀਤ ਇਟਲੀ ਉਹਨਾਂ ਵੱਲੋਂ ਤੇ ਸਮੂਹ ਪ੍ਰਬੰਧਕ ਕਮੇਟੀ ਨਗਰ ਨਿਵਾਸੀਆਂ ਵੱਲੋਂ 5100 ਤੇ ਵੱਡੇ ਕੱਪ ਦੇ ਨਾਲ ਸਾਬੀ ਕੋਚ ਰਾਂਗੜੇ ਦਾ 5100 ਰੁਪਇਆ ਤੇ ਵੱਡੇ ਕੱਪ ਦੇ ਨਾਲ ਮਾਨ ਸਨਮਾਨ ਉਹਨਾਂ ਤੋਂ ਨਾਲ ਪ੍ਰਭ ਖੇੜਾ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਹਰਮਨ ਰਹੀਮਪੁਰ 500 ਰੁਪਇਆ ਬਿੰਦੇ ਅਠੌਲੇ ਲਈ ਦਿੰਦੇ ਆ ਜੀ
ਸਵਰਗਵਾਸੀ ਅਮਰੀਕ ਸਿੰਘ ਮਾਨ ਜਮਸ਼ੀਰ 500 ਰੁਪਇਆ ਬਿੰਦੇ ਅਠੌਲੇ ਲਈ ਦਿੰਦੇ ਆ ਜੀ। ਲਿਓ ਜੀ ਯੋਗ ਸਾਫ ਸਾਧ ਪਰ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੌਣੇ ਚੌਦਾਂ ਗੇੜੇ ਆ ਜੀ ਇੱਕ ਮਿੰਟ ਦੇ ਪੰਦਰਾਂ ਰਾਸੀ ਬਾਲ ਵੀਰ ਸਿੰਘ ਕੰਗ ਦਾ ਚੱਲਦਾ ਜੀ ਸੋਲਾਂ ਉੱਪਰਲੇ ਪਾਸੇ ਬਾਲ ਸਰਜੀਤ ਸਿੰਘ ਸਾਧਪੁਰ ਸਤਾਰਾਂ ਸਾਹਿਬ ਸਾਧਪੁਰ ਗੋਪੀ ਸਰਪੰਚ ਸਾਧਪੁਰ ਦਾ ਚੱਲਦਾ ਜੀ ਅਠਾਰਾਂ ਸੁਖਵਿੰਦਰ ਕਾਨਾ ਢੇਸੀਆਂ ਕਾਵਾ ਇਸ ਯੋਗ ਦਾ ਉਹਨੇ ਇਹਨਾਂ ਤੋਂ ਮਗਰ ਅੱਜ ਦੇ ਮੇਲੇ ਦੀ ਲਾਸਟ ਯੋਗ
20 ਜੱਗਾ ਮੱਲੀਆਂ ਉਹ ਵੀ ਆਪਣੀ ਜੋਗ ਤਿਆਰ ਰੱਖੋ ਜੀ ਲਾਸਟ ਜੋਗਿਆ ਮੇਲੇ ਦੀ 21 ਜੱਗਾ ਮੱਲੀਆਂ 22 23 24 25 26 27 2 ਕਰਮਾ ਘੱਟ ਸਾਡੇ 26 ਗੇੜੇ 28 29 30 31 32 33 34 35 36 37 38 39 ਸਾਢੇ 38 ਗੇੜੇ 3 ਮਿੰਟ 40 ਇਹਨਾਂ ਦੇ ਮਗਰ ਲਾਸਟ ਜੋ ਗਿਆ ਜੀ ਜੱਗਾ ਮੱਲੀਆਂ 41 ਜੋਗ ਤਿਆਰ ਕਰਕੇ ਪੈੜ ਦੇ ਲਾਗੇ ਲਿਆਓ ਜੀ 42 ਕਬੱਡੀ ਪਲੇਅਰ ਜੱਗਾ ਮੱਲੀਆਂ 43 44 45 46 47 48 49 50 ਸਵਾ 50 ਗੇੜੇ 4 ਮਿੰਟ 51 ਲਾਸਟ ਜੋਗ ਲਾ ਕੇ ਕਰ ਲਓ ਜੀ ਜੱਗਾ ਮੱਲੀਆਂ 52 53 54 55 56 57 58 59 ਲਾਸਟ ਗੇੜਾ ਜੀ 60 ਇਸ ਯੁੱਗ ਦਾ ਸਮਾਂ 4 ਮਿੰਟ 52 ਸਕਿੰਟ 93 ਪੁਆਇੰਟ 4:52:93
ਵੀਰ ਸਿੰਘ ਕੰਗ 500 ਰੁਪਇਆ ਸੁਖਵਿੰਦਰ ਕਾਨਾ ਟੇਸੀਆਂ ਲਈ ਦਿੰਦੇ ਆ ਤੇ ਤਰਲੋਕ ਸਿੰਘ ਨਵਾਂ ਪਿੰਡ 500 ਰੁਪਇਆ ਜਸਪ੍ਰੀਤ ਨਵੇਂ ਪਿੰਡ ਲਈ ਦਿੰਦੇ ਆ ਜੀ ਲੈ ਜਾਓ ਪੈਸੇ ਆਪੋ ਆਪਣੇ ਜੀ ਸੁਖਵਿੰਦਰ ਪਾ ਜਾਓ ਤੁਹਾਡੇ ਪੈਸੇ ਪਏ ਆ ਜੀ ਸਰਜੀਤ ਸਿੰਘ ਸਾਧਪੁਰ 500 ਰੁਪਇਆ ਸੁਖਵਿੰਦਰ ਕਾਨਾ ਟੇਸੀਆਂ ਨੇ ਦਿੰਦੇ ਲਿਆਓ ਜੀ ਜੋਗ ਲਾਸਟ ਜੋਗ ਹੈ ਦੇ ਮੇਲੇ ਦੀ ਜੱਗਾਂ ਮੱਲੀਆਂ
ਇੱਕ ਦੋ ਤਿੰਨ ਚਾਰ ਬਸ ਬਸ ਮੇਰਾ ਵੀਰ ਭਾਈ ਬਾਹਰ ਹੋ ਜੀ ਰਸਿਆਂ ਤੋਂ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਪੂਰੇ ਤੇਰਾਂ ਗੇੜੇ ਆ ਜੀ ਇੱਕ ਮਿੰਟ ਦੇ ਚੌਦਾਂ ਇਹ ਅੱਜ ਦੇ ਮੇਲੇ ਦੀ ਲਾਸਟ ਜੋਗ ਚੱਲਦੀ ਹੈ ਜੀ ਪੰਦਰਾਂ ਕਬੱਡੀ ਪਲੇਅਰ ਜੱਗੇ ਮੱਲੀਆਂ ਦੀ ਜੋਗ ਚੱਲਦੀ ਆ ਸੋਲਾਂ ਸੁੱਖਾ ਕੋਟਲਾ ਪਾਗੂ ਹਕਾਵਾ ਇਸ ਯੋਗ ਦਾ ਸਤਾਰਾਂ ਤੇ ਰਿਜ਼ਲਟ ਸਾਡੇ ਕੋਲ ਲਗਭਗ ਤਿਆਰ ਆ ਅੱਜ ਯੋਗ ਚੱਲਣ ਤੋਂ ਬਾਅਦ ਆਪਾਂ ਅਠਾਰਾਂ ਪਹਿਲਾਂ ਝੋਟਿਆਂ ਦੇ ਨਾਮ ਵੰਡ ਦੇਣੇ ਆ ਉਸ ਤੋਂ ਮਗਰ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਦੋ ਕਰਮਾਂ ਘੱਟ ਚੌਵੀ ਗੇੜੇ ਦੋ ਮਿੰਟ ਦੇ ਪੱਚੀ ਛੱਬੀ ਸਤਾਈ ਛੱਡ ਕੇ ਪੂਛ ਮੇਰਾ ਵੀਰ ਅਠਾਈ ਉਣੱਤੀ ਤੀਹ ਇਕੱਤੀ ਬੱਤੀ ਤੇਤੀ
ਹਾਂਜੀ ਬਈ ਰਿਜ਼ਲਟ ਸੁਣੋ ਬਈ ਪਹਿਲਾਂ। ਹੈਲੋ 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 ਹਾਂਜੀ ਬਈ ਅੱਜ ਦੇ ਮੇਲੇ ਦੇ ਪਹਿਲੇ ਨੰਬਰ ਦੀ ਜੋਗ ਸਰੂਪ ਸਿੰਘ ਖਾਨ ਖਾਨਾ, ਹਿੰਦੀ ਸੁੰਨੜ, ਕਮਲ ਜੀ ਸੁੰਨੜ, ਮੀਕਾ ਜੜਿਆਲੀ। ਭਾਜੀ ਬਾਜ ਮੜ ਜੀ ਕਰੋ ਸੈੱਟ। ਹੈਲੋ 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 ਹਾਂਜੀ ਅੱਜ ਦੇ ਮੇਲੇ ਤੇ ਬੋਲਦਾਂ ਦੇ ਪਹਿਲੇ ਨੰਬਰ ਦੀ ਜਿਹੜੀ ਜੋਗ ਆ ਸਰੂਪ ਸਿੰਘ ਖਾਨ ਖਾਨਾ, ਹਿੰਦੀ ਸੁੰਨੜ, ਕਮਲ ਜੀ ਸੁੰਨੜ, ਮੀਕਾ ਜੜਿਆਲੀ, ਸੋਢੀ ਰਸੂਲਪੁਰ, 4:21:56 ਦੇ ਨਾਲ ਸਮਾਂ ਲੱਗਿਆ ਜੀ। ਦੂਜੇ ਨੰਬਰ ਤੇ ਪਰਮਜੀਤ ਸਿੰਘ ਮਹਿਤਪੁਰ, ਜਿੰਦਰ ਸ਼ਾਂਕਰ ਦੀ ਜੋਗ ਨੇ 4:32:12 ਦੇ ਨਾਲ ਸਮਾਂ ਲਾਇਆ ਜੀ। ਤੀਜਾ ਨੰਬਰ ਸਰਜੀਤ ਸਿੰਘ ਸਾਧਪੁਰ ਸਾਹਿਬ ਸਾਧਪੁਰ, ਗੋਪੀ ਸਰਪੰਚ ਸਾਧਪੁਰ, ਗੁਰਮਿੰਦਰ ਸਿੰਘ ਪ੍ਰਧਾਨ ਰੁੜਕਾ ਖੁਰਦ, 4:32:75। ਚੌਥਾ ਨੰਬਰ ਸੋਢੀ ਰਸੂਲਪੁਰ, ਪਰਮਵੀਰ ਰਸੂਲਪੁਰ, ਹਿੰਦੀ ਸੁੰਨੜ, ਕਮਲ ਜੀ ਸੁੰਨੜ, ਮੀਕਾ ਜੜਿਆਲੀ, 4:33:19 ਦੇ ਨਾਲ। ਪੰਜਵਾਂ ਨੰਬਰ ਘਰ ਦੀ ਜੋ ਚੱਲੀ ਸੀ ਜਿੰਦਰਬੀਰ ਪਿੰਡ, ਮਾਸਟਰ ਬੀਰ ਪਿੰਡ, 4:35:25। ਛੇਵਾਂ ਨੰਬਰ ਸੁਖਵਿੰਦਰ ਕਾਨਾ ਢਿੱਸੀਆਂ, ਜਿੰਦਾ ਪਾਸਲਾ, ਬੰਤ ਪਾਸਲਾ, 4:36:43। ਸੱਤਵਾਂ ਨੰਬਰ ਮਨਜੀਤ ਸਿੰਘ ਸਰਪੰਚ ਐਮਾ ਜੱਟਾਂ, ਜੀਤ ਹੱਲੂਵਾਲ, 4:36:62। ਅੱਠਵਾਂ ਨੰਬਰ ਗੁਰਦਿਆਲ ਸਿੰਘ ਗਿੱਲਾਂ, ਦੇਬਾ ਧਾਲੀਵਾਲ, 4:37:44। ਨੌਵਾਂ ਨੰਬਰ ਜਗਤਾਰ ਸਿੰਘ ਲਕਸੀ, ਪਿੰਡਾਂ ਮੋਰਾਵਾਲੀ, 4:38:31। ਦਸਵਾਂ ਨੰਬਰ ਵੀ ਘਰ ਦੀ ਜੋ ਚੱਲੀ ਸੀ ਮੱਖਣ ਸਿੰਘ ਅਕਾਲਗੜ੍ਹ, ਰਾਜਾ ਅਕਾਲਗੜ੍ਹ, 4:48:19। ਗਿਆਰਵਾਂ ਨੰਬਰ ਸੋਢੀ ਰਸੂਲਪੁਰ, ਪਰਮਵੀਰ ਰਸੂਲਪੁਰ, ਦੇਬਾ ਧਾਲੀਵਾਲ, ਸਤਿੰਦਰ ਜੂਕੇ, ਅਮਨਦੀਪ ਜੂਕੇ, 4:39:38 ਦੇ ਨਾਲ। ਇਹ ਆ ਜੀ ਅੱਜ ਦੇ ਮੇਲੇ ਦੇ 11 ਨਾਮ। ਜੇਕਰ ਕਿਸੇ ਦਾ ਸਮਾਂ ਔਰ ਨਾਮ ਨਹੀਂ ਹੈ ਨਾ ਸਾਡੇ ਨਾਲ ਸੰਪਰਕ ਕਰ ਲਓ, ਨਹੀਂ ਤਾਂ ਆਪਾਂ ਪਹਿਲਾਂ ਝੋਟਿਆਂ ਵਾਲੇ ਵੀਰ ਆ ਜਾਓ ਆਪਣੇ ਪਹਿਲੇ ਨੰਬਰ ਤੇ। ਗੁਰਦਿਆਲ ਸਿੰਘ ਗਿੱਲਾ, ਗੁਰਦਾਵਰ ਸਿੰਘ ਕਾਲਾ ਸਿੰਘ, 4:35:75 ਦੇ ਨਾਲ ਸਮਾਂ ਲੱਗਿਆ ਜੀ। ਹਾਂਜੀ ਬਈ ਆ ਜਾਓ ਪਹਿਲਾਂ ਝੋਟਿਆਂ ਵਾਲੇ ਵੀ ਆਪਣੇ ਇਨਾਮ ਪ੍ਰਾਪਤ ਕਰੋ।
ਹਾਂਜੀ ਆ ਜਾਓ ਜੀ ਪਹਿਲੇ ਨੰਬਰ ਤੇ ਝੋਟਿਆਂ ਵਾਲੇ ਵੀਰ ਪਹਿਲੇ ਨੰਬਰ ਤੇ ਗੁਰਦਿਆਲ ਸਿੰਘ ਗਿੱਲਾਂ ਗੁਰਦਾਵਰ ਸਿੰਘ ਕਾਲਾ ਸਿੰਘਾਂ 4-35-75 ਦੇ ਨਾਲ ਸਮਾਂ ਲੱਗਿਆ ਜੀ ਆ ਜਾਓ ਪਹਿਲੇ ਨੰਬਰ ਵਾਲੇ ਆਪਣਾ ਇਨਾਮ ਪ੍ਰਾਪਤ ਕਰੋ ਝੋਟਿਆਂ ਦੇ ਪਹਿਲੇ ਨੰਬਰ ਦਾ ਨਾਮ ਹੈ ਜੀ ਗੁਰਦਿਆਲ ਸਿੰਘ ਗਿੱਲਾਂ ਗੁਰਦਾਵਰ ਸਿੰਘ ਕਾਲਾ ਸਿੰਘਾਂ ਸ਼ੀਪਾ ਕਾਲਾ ਸਿੰਘਾਂ 4-35-75 ਦੇ ਨਾਲ ਸਮਾਂ ਲੱਗਿਆ ਜੀ ਆ ਜਾਓ ਜੀ ਦੂਜੇ ਨੰਬਰ ਤੇ ਜਸਪ੍ਰੀਤ ਨਵਾਂ ਪਿੰਡ 4-36-94 ਦੂਜਾ ਨੰਬਰ ਝੋਟਿਆਂ 'ਚ ਜਸਪ੍ਰੀਤ ਨਵਾਂ ਪਿੰਡ 4-36-94 ਦੂਜਾ ਨੰਬਰ ਪ੍ਰਾਪਤ ਕਰੋ ਜੀ ਜਸਪ੍ਰੀਤ ਨਵਾਂ ਪਿੰਡ 4-36-94 ਦੇ ਨਾਲ ਤੀਜੇ ਨੰਬਰ ਤੇ ਤਿਆਰੀ ਰੱਖੋ ਜਰਨੈਲ ਸਿੰਘ ਕਾਲਾ ਸਿੰਘ ਆ ਦਵਿੰਦਰ ਸਿੰਘ ਗਿੱਲਾਂ 4-38-25 ਤੀਜੇ ਨੰਬਰ ਤੇ ਆ ਜਾਓ ਜਰਨੈਲ ਸਿੰਘ ਕਾਲਾ ਸਿੰਘ ਆ ਦਵਿੰਦਰ ਸਿੰਘ ਗਿੱਲਾਂ 4-38-25 ਚੌਥਾ ਨੰਬਰ ਆ ਜਾਓ ਜੀ ਰੇਸ਼ਮ ਸਿੰਘ ਮੱਲੀਆਂ ਜੱਸਾ ਮੱਲੀਆਂ ਘਰ ਦੀ ਜੋਗ ਚੱਲੀ ਸੀ 4-40-37 ਦੇ ਨਾਲ ਆ ਜਾਓ ਚੌਥੇ ਨੰਬਰ ਵਾਲੇ ਮੇਰਾ ਵੀਰ ਜਲਦੀ ਦੇ ਨਾਲ
ਚੌਥਾ ਨੰਬਰ ਪ੍ਰਾਪਤ ਕਰੋ ਜੀ ਰੇਸ਼ਮ ਸਿੰਘ ਮੱਲੀਆਂ ਜੱਸਾ ਮੱਲੀਆਂ 4 40 37 ਪੰਜਵੇਂ ਨੰਬਰ ਤੇ ਆ ਜਾਓ ਜੀ ਪੰਮਾ ਅਠੌਲਾ ਜੈਲੀ ਅਠੌਲਾ 7 ਟਟਕਲਾਂ 4 42 82 ਦੇ ਨਾਲ ਪੰਜਵਾਂ ਨੰਬਰ ਛੇਵੇਂ ਨੰਬਰ ਤੇ ਆ ਜਾਓ ਮੰਨਾ ਭੰਡਾਰ ਯੂ ਐਸ ਏ ਗੋਪੀ ਨਿੱਜਰ 4 43 56 ਦੇ ਨਾਲ ਛੇਵਾਂ ਨੰਬਰ ਹੈ ਜੀ ਮੰਨਾ ਭੰਡਾਰ ਯੂ ਐਸ ਏ ਗੋਪੀ ਨਿੱਜਰ 4 43 56 ਸੱਤਵੇਂ ਨੰਬਰ ਤੇ ਆ ਜਾਓ ਪ੍ਰਭ ਰਜਾਪੁਰ ਫਤਿਹ ਰਜਾਪੁਰ ਸੋਨੂ ਬਾਜਵਾ ਪੰਜਾਬ ਸਿੰਘ ਹੇਰ 4 44 38 ਸੱਤਵਾਂ ਨੰਬਰ ਪ੍ਰਭ ਰਜਾਪੁਰ ਫਤਿਹ ਰਜਾਪੁਰ ਸੋਨੂ ਬਾਜਵਾ ਭਿੰਦਾ ਬਾਜਵਾ ਪੰਜਾਬ ਸਿੰਘ ਹੇਰ 4 44 38 ਅੱਠਵੇਂ ਨੰਬਰ ਤੇ ਆ ਜਾਓ ਬੀਰਾ ਜੱਲੋਵਾਲ ਲੁੱਗੀ ਹੁਸੈਨਪੁਰ 4 45 0 ਅੱਠਵਾਂ ਨੰਬਰ ਲੁੱਗੀ ਹੁਸੈਨਪੁਰ ਬੀਰਾ ਜੱਲੋਵਾਲ 4 45 0 ਨੌਵੇਂ ਨੰਬਰ ਤੇ ਆ ਜਾਓ ਅਮਨੂ ਗਿੱਲਾਂ 4 47 56 ਨੌਵਾਂ ਨੰਬਰ ਅਮਨੂ ਗਿੱਲਾਂ ਨੌਵਾਂ ਨੰਬਰ ਹੈ ਜੀ ਅਮਨੂ ਗਿੱਲਾਂ 4 47 56 ਦੇ ਨਾਲ ਦਸਵਾਂ ਨੰਬਰ ਆ ਜਾਓ ਤਰਲੋਕ ਸਿੰਘ ਨਵਾਂ ਪਿੰਡ 4 48 31 ਦੇ ਨਾਲ ਦਸਵਾਂ ਨੰਬਰ ਆ ਜਾਓ ਜੀ ਤਰਲੋਕ ਸਿੰਘ ਨਵਾਂ ਪਿੰਡ 4 48 31 ਤੇ 11ਵੇਂ ਨੰਬਰ ਤੇ ਆ ਜਾਓ ਬੱਗਾ ਰਹੀਮਪੁਰ ਅਮਰੀਕ ਸਿੰਘ ਆਦੀ 4 48 37 ਦੇ ਨਾਲ ਝੋਟਿਆਂ ਦਾ 11ਵਾਂ ਨੰਬਰ ਬੱਗਾ ਰਹੀਮਪੁਰ ਅਮਰੀਕ ਸਿੰਘ ਆਦੀ 4 48 37 ਦੇ ਨਾਲ ਹਾਂਜੀ ਆ ਜਾਓ ਜੀ ਹੁਣ ਬੋਲਦਾ ਵਾਲੇ ਵੀਰ ਅੱਜ ਦੇ ਮੇਲੇ ਦੇ ਪਹਿਲੇ ਨੰਬਰ ਦੀ ਜੋਗ ਹੈ ਸਰੂਪ ਸਿੰਘ ਖਾਨ ਖਾਨਾ ਇੰਦੀ ਸੁੰਨੜ ਕਮਲਜੀਤ ਸੁੰਨੜ ਮੀਕਾ ਜੜਿਆਲੀ 4 21 56 ਦੇ ਨਾਲ ਬੋਲਦਾ ਵਾਲੇ ਵੀਰ ਆ ਜਾਓ ਜੀ
ਬਲਦਾਂ ਦਾ ਪਹਿਲਾ ਇਨਾਮ ਸਰੂਪ ਸਿੰਘ ਖਾਨ ਖੰਨਾ ਇੰਦੀ ਸੁੰਨੜ 4/21/56 ਦੇ ਨਾਲ ਸਮਾਂ ਲੱਗਿਆ ਜੀ। ਬਹੁਤ ਬਹੁਤ ਮੁਬਾਰਕਬਾਦ ਦੋਹਾਂ ਪਰਿਵਾਰਾਂ ਨੂੰ। ਦੂਜੇ ਨੰਬਰ ਤੇ ਆ ਜਾਓ ਪਰਮਜੀਤ ਸਿੰਘ ਮਹਿਤਪੁਰ ਤੀਰਥ ਮਹਿਤਪੁਰ ਜਿੰਦਰ ਸ਼ੰਕਰ 4/32/12 ਦੂਜਾ ਨੰਬਰ ਪਰਮਜੀਤ ਮਹਿਤਪੁਰ ਜਿੰਦਰ ਸ਼ੰਕਰ 4/32/12 ਤੀਜੇ ਨੰਬਰ ਤੇ ਆ ਜਾਓ ਸਰਜੀਤ ਸਿੰਘ ਸਾਧਪੁਰ ਸਾਹਿਬ ਸਾਧਪੁਰ ਗੋਪੀ ਸਰਪੰਚ ਸਾਧਪੁਰ ਗੁਰਮਿੰਦਰ ਪ੍ਰਧਾਨ ਰੁੜਕਾ ਖੁਰਦ 4/32/75 ਦੇ ਨਾਲ ਤੀਜਾ ਨੰਬਰ ਆ ਜਾਓ ਮੇਰਾ ਵੀਰ ਜਲਦੀ ਦੇ ਨਾਲ। ਚੌਥੇ ਨੰਬਰ ਤੇ ਆ ਜਾਓ ਸੋਢੀ ਰਸੂਲਪੁਰ ਪਰਮਵੀਰ ਰਸੂਲਪੁਰ ਇੰਦੀ ਸੁੰਨੜ ਕਮਲ ਜੀ ਸੁੰਨੜ ਮੀਕਾ ਜੜਿਆਲੀ 4/33/19 ਚੌਥਾ ਨੰਬਰ ਸੋਢੀ ਰਸੂਲਪੁਰ ਇੰਦੀ ਸੁੰਨੜ। ਪੰਜਵੇਂ ਨੰਬਰ ਤੇ ਆ ਜਾਓ ਜਿੰਦਰ ਵੀਰ ਪਿੰਡ ਮਾਸਟਰ ਵੀਰ ਪਿੰਡ ਗੋਰਾ ਵੀਰ ਪਿੰਡ ਘਰ ਦੀ ਜੋਗ ਚੱਲੀ ਸੀ 4/35/25 ਆ ਜਾਓ ਜੀ ਆ ਜਾਓ ਪੰਜਵੇਂ ਨੰਬਰ ਵਾਲੇ ਜਿੰਦਰ ਵੀਰ ਪਿੰਡ 4/35/25 ਦੇ ਨਾਲ ਸਮਾਂ ਲੱਗਿਆ ਜੀ। ਛੇਵੇਂ ਨੰਬਰ ਤੇ ਆ ਜਾਓ ਸੁਖਵਿੰਦਰ ਕਾਨਾ ਢਿੱਸੀਆਂ ਜਿੰਦਾ ਪਾਸਲਾ ਬੰਤ ਪਾਸਲਾ 4/36/43 ਛੇਵਾਂ ਨੰਬਰ ਆ ਜਾਓ ਜੀ ਸੁਖਵਿੰਦਰ ਕਾਨਾ ਢਿੱਸੀਆਂ ਜਿੰਦਾ ਪਾਸਲਾ 4/36/43 ਸੱਤਵੇਂ ਨੰਬਰ ਤੇ ਆ ਜਾਓ ਮਨਜੀਤ ਸਰਪੰਚ ਐਮਾ ਜੱਟਾਂ ਜੀਤ ਹੱਲੂਵਾਲ 4/36/62 ਅੱਠਵਾਂ ਨੰਬਰ ਆ ਜਾਓ ਗੁਰਦਿਆਲ ਸਿੰਘ ਗਿੱਲਾਂ ਦੇਬਾ ਧਾਲੀਵਾਲ ਸਤਿੰਦਰ ਜੂਕੇ ਅਮਨਦੀਪ ਜੂਕੇ 4/37/44 ਦੇ ਨਾਲ ਅੱਠਵਾਂ ਨੰਬਰ ਨੌਵੇਂ ਨੰਬਰ ਤੇ ਆ ਜਾਓ ਪਿੰਡਾ ਮੋਰਾਵਾਲੀ ਸੋਨੂ ਜੂਕੇ ਜਗਤਾਰ ਸਿੰਘ ਲਕਸੀ ਕਿਰਪਾਲ ਸਿੰਘ USA 4/38/31 ਦੇ ਨਾਲ ਨੌਵਾਂ ਨੰਬਰ ਹੈ ਜੀ।
ਦਸਵਾਂ ਨੰਬਰ ਘਰ ਦੀ ਜੋਗ ਚੱਲੀ ਸੀ ਮੱਖਣ ਸਿੰਘ ਅਕਾਲਗੜ੍ਹ ਰਾਜੇ ਅਕਾਲਗੜ੍ਹ ਦੀ 4:48:19 ਦੇ ਨਾਲ ਸਮਾਂ ਲੱਗਿਆ ਜੀ ਦਸਵਾਂ ਨੰਬਰ ਗਿਆਰਵੇਂ ਨੰਬਰ ਤੇ ਆ ਜਾਓ ਸੋਢੀ ਰਸੂਲਪੁਰ ਪਰਮਵੀਰ ਰਸੂਲਪੁਰ ਦੇਬਾ ਧਾਲੀਵਾਲ ਸਤਿੰਦਰ ਜੂਕੇ ਅਮਨਦੀਪ ਜੂਕੇ 4:48:38 ਦੇ ਨਾਲ ਅੱਜ ਦੇ ਮੇਲੇ ਦੇ ਬੋਲਦਾਂ ਦਾ ਗਿਆਰਵਾਂ ਨੰਬਰ ਸੋਢੀ ਰਸੂਲਪੁਰ ਪਰਮਵੀਰ ਰਸੂਲਪੁਰ ਦੇਬਾ ਧਾਲੀਵਾਲ ਸਤਿੰਦਰ ਜੂਕੇ ਅਮਨਦੀਪ ਜੂਕੇ 4:48:38 ਦੇ ਨਾਲ ਇਹ ਸੀ ਵੀ ਅੱਜ ਦੇ ਮੇਲੇ ਦੇ ਇਨਾਮ ਘੁੰਮਣ ਲਾਈਵ ਟੀਵੀ ਆ ਜਾਓ ਜੀ ਆਪਣਾ ਸਨਮਾਨ ਪ੍ਰਾਪਤ ਕਰੋ ਘੁੰਮਣ ਲਾਈਵ ਟੀਵੀ ਤੇ ਇੱਕ ਵਾਰ ਫਿਰ ਤੋਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਜਿੰਨੇ ਵੀਰਾਂ ਵੱਲੋਂ ਅੱਜ ਦੇ ਖੇਡ ਮੇਲੇ ਵਾਸਤੇ ਸਹਿਯੋਗ ਦਿੱਤਾ ਗਿਆ ਸੇਵਾ ਕੀਤੀ ਗਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਧੰਨਵਾਦ ਕਰਦੇ ਸਮੂਹ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਵੱਲੋਂ ਬਹੁਤ ਵਧੀਆ ਸਹਿਯੋਗ ਅੱਜ ਦੇ ਖੇਡ ਮੇਲੇ ਦੇ ਕੀਤੇ ਗਏ ਤੇ ਸਭ ਤੋਂ ਵੱਡਾ ਧੰਨਵਾਦ ਬੋਲਦਾਂ ਵਾਲੇ ਵੀਰਾਂ ਦਾ ਝੋਟਿਆਂ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਅੱਜ ਦੇ ਖੇਡ ਮੇਲੇ ਤੇ ਹਾਜ਼ਰੀ ਲਵਾ ਕੇ ਮੇਲੇ ਦੀ ਰੌਣਕ ਨੂੰ ਵਧਾਇਆ ਸਾਰੇ NRA ਵੀਰਾਂ ਦਾ ਧੰਨਵਾਦ ਕਰਦੇ ਹੈਲੋ ਵਿੱਕੀ ਭਾਜੀ ਜਮਸ਼ੇਰ ਤੋਂ ਬਹੁਤ ਬਹੁਤ ਧੰਨਵਾਦ ਸ਼ੇਰਪੁਰ ਤੋਂ ਇਹਨਾਂ ਦੇ ਸਿਰ ਤੇ ਹੀ ਸਾਰਾ ਕਾਰੋਬਾਰ ਨੇਤਰੇ ਚੜਿਆ ਆ ਜਾਓ ਜੀ ਸੰਦੀਪ ਧਲੇਤਾ ਕੱਟੂ ਸ੍ਰੀ ਆ ਜਾ ਬਈ ਪੈਰ ਦੀ ਸੇਵਾ ਕੀਤੀ ਹੈ ਕੱਟੂ ਸ੍ਰੀ ਦੇਬਾ ਧਾਲੀਵਾਲ ਆ ਜਾਓ ਜੀ ਆਪਣਾ ਮਾਨ ਸਨਮਾਨ ਪ੍ਰਾਪਤ ਕਰੋ ਜੀ ਦੇਬਾ ਧਾਲੀਵਾਲ UK ਤੋਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਦੇਬਾ ਧਾਲੀਵਾਲ ਉਹਨਾਂ ਨੂੰ ਸਮੂਹ ਪ੍ਰਬੰਧਕ ਕਮੇਟੀ ਨਗਰ ਨਿਵਾਸੀਆਂ ਵੱਲੋਂ ਮਾਨ ਸਨਮਾਨ ਦਿੱਤਾ ਗਿਆ ਸੀ ਤੇ ਉਹਨਾਂ ਵੱਲੋਂ ਮੇਰਾ ਮਾਨ ਸਨਮਾਨ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਦੇਬਾ ਧਾਲੀਵਾਲ UK ਤੋਂ ਸਤਿੰਦਰ UK ਅਮਨਦੀਪ UK
ਹਾਂਜੀ ਬਈ ਆਜੋ ਮੇਰਾ ਵੀਰ, ਜਿਨ੍ਹਾਂ ਨੇ ਅੱਜ ਦੇ ਖੇਡ ਮੇਲੇ ਵਾਸਤੇ ਸਹਿਯੋਗ ਦਿੱਤਾ ਸੀ, ਉਹ ਆਪੋ ਆਪਣਾ ਸਨਮਾਨ ਪ੍ਰਾਪਤ ਕਰੋ ਜੀ। ਆਜੋ ਪਹਿਲੇ ਨੰਬਰ ਤੇ ਜੀਤਾ ਜੂਕੇ ਸਾਬੀ ਇਟਲੀ ਸਨ ਆਫ ਗੁਰਦਿਆਲ ਸਿੰਘ ਗਿੱਲਾਂ। ਆਜੋ ਆਜੋ ਜੀ, 70,000 ਰੁਪਇਆ ਇਹਨਾਂ ਨੇ ਅੱਜ ਦੀ ਖੇਡ ਮੇਲੇ ਵਾਸਤੇ ਦਿੱਤਾ ਜੀ, ਬਹੁਤ ਬਹੁਤ ਧੰਨਵਾਦ ਕਰਦੇ। ਜੀਤਾ ਜੂਕੇ ਸਾਬੀ ਇਟਲੀ ਸਨ ਆਫ ਗੁਰਦਿਆਲ ਸਿੰਘ ਗਿੱਲਾਂ, ਉਹ ਜੋ ਜੀ ਨਾਲ ਇਹਨਾਂ ਦੇ ਮਗਰ ਆਜੋ ਹਜੂਰ ਆਸਟ੍ਰੇਲੀਆ ਅਮਨ ਜੂਕੇ ਸਨ ਪਿਆਰਾ ਸਿੰਘ ਗਿੱਲ 60,000 ਰੁਪਇਆ ਅੱਜ ਦੇ ਖੇਡ ਮੇਲੇ ਵਾਸਤੇ ਦਿੰਦੇ ਆ, ਤੇ ਬਹੁਤ ਹੀ ਵੱਡਾ ਸਹਿਯੋਗ ਮੇਲੇ ਦੇ ਪ੍ਰਬੰਧ ਕਰਨ ਵਿੱਚ ਸਾਡੇ ਵੀਰਾਂ ਦਾ ਰਿਹਾ ਆ। ਹਜੂਰ ਆਸਟ੍ਰੇਲੀਆ ਅਮਨ ਜੂਕੇ ਸਨ ਪਿਆਰਾ ਸਿੰਘ ਗਿੱਲ। ਇਹਨਾਂ ਤੋਂ ਮਗਰ ਆਜੋ ਦਵਿੰਦਰ ਸਿੰਘ ਗਿੱਲ ਯੂ ਐਸ ਏ ਸਨ ਨਿਰਮਲ ਸਿੰਘ ਗਿੱਲ 61,000 ਰੁਪਇਆ ਅੱਜ ਦੇ ਖੇਡ ਮੇਲੇ ਵਾਸਤੇ ਦਿੰਦੇ ਆ, ਆਜੋ ਆਪਣਾ ਸਨਮਾਨ ਪ੍ਰਾਪਤ ਕਰੋ। ਦਵਿੰਦਰ ਸਿੰਘ ਗਿੱਲ ਯੂ ਐਸ ਏ ਸਨ ਆਫ ਨਿਰਮਲ ਸਿੰਘ ਗਿੱਲ। ਇਹਨਾਂ ਦੇ ਮਗਰ ਆਜੋ ਭਿੰਦਾ ਬਾਜਵਾ ਕੈਨੇਡਾ ਪੰਜਾਬ ਸਿੰਘ ਹੇਰ ਯੂ ਐਸ ਏ 11,000 ਰੁਪਇਆ ਦੇ ਖੇਡ ਮੇਲੇ ਵਾਸਤੇ ਦਿੰਦੇ ਆ ਜੀ, ਇਹ ਵੀ ਆਪਣਾ ਸਨਮਾਨ ਪ੍ਰਾਪਤ ਕਰੋ। ਇਹਨਾਂ ਦੇ ਮਗਰ ਆਜੋ ਅਮਨੂ ਗਿੱਲ ਇਟਲੀ 11,000 ਰੁਪਇਆ ਦੇ ਖੇਡ ਮੇਲੇ ਵਾਸਤੇ ਦਿੰਦੇ ਆ ਜੀ, ਤੇ ਆਪਣਾ ਸਨਮਾਨ ਪ੍ਰਾਪਤ ਕਰੋ। ਇਹਨਾਂ ਦੇ ਮਗਰ ਆਜੋ ਤਰਨਜੀਤ ਸਿੰਘ ਗਿੱਲ ਸਨ ਬਲਵੀਰ ਸਿੰਘ ਸਪੇਨ 11,000 ਰੁਪਇਆ ਦੇ ਖੇਡ ਮੇਲੇ ਵਾਸਤੇ ਦਿੰਦੇ ਆ ਜੀ, ਬਹੁਤ ਬਹੁਤ ਧੰਨਵਾਦ। ਉਹਨਾਂ ਦੇ ਮਗਰ ਆਜੋ ਹਰਪ੍ਰੀਤ ਸਿੰਘ ਪੀਤਾ ਯੂ ਐਸ ਏ ਸਨ ਨਿਰਮਲ ਸਿੰਘ 21,000 ਰੁਪਇਆ ਦੇ ਖੇਡ ਮੇਲੇ ਵਾਸਤੇ ਦਿੰਦੇ ਆ। ਇਹਨਾਂ ਦੇ ਮਗਰ ਮਨਪ੍ਰੀਤ ਸਿੰਘ ਯੂ ਐਸ ਏ ਸਨ ਅਜੀਤ ਸਿੰਘ ਯੂ ਐਸ ਏ 21,000 ਰੁਪਇਆ। ਜਸਵਿੰਦਰ ਸਿੰਘ ਇਟਲੀ ਸਨ ਹਰਜਿੰਦਰ ਸਿੰਘ ਗਿੱਲ 11,000 ਰੁਪਇਆ। ਸ਼ਰਨਜੀਤ ਸਿੰਘ ਜਸਪਿੰਦਰ ਸਿੰਘ ਇਟਲੀ ਸਨ ਹਰਜਿੰਦਰ ਸਿੰਘ ਗਿੱਲ। ਇਹਨਾਂ ਦੇ ਮਗਰ ਸ਼ਰਨਜੀਤ ਸਿੰਘ ਇਟਲੀ ਸਨ ਗੁਰਦੇਵ ਸਿੰਘ ਗਿੱਲ 11,000 ਰੁਪਇਆ। ਕੁਲਵਿੰਦਰ ਸਿੰਘ ਕਿੰਦਾ ਇਟਲੀ 20,000 ਰੁਪਇਆ। ਸ਼ਿੰਗਾਰਾ ਸਿੰਘ ਗਿੱਲ 2100। ਇਹਨਾਂ ਦੇ ਮਗਰ ਆਜੋ ਮਨਪ੍ਰੀਤ ਸਿੰਘ ਗਿੱਲ ਸਨ ਮੇਜਰ ਸਿੰਘ 3100 ਰੁਪਇਆ। ਮਨਪ੍ਰੀਤ ਸਿੰਘ ਸਨ ਗਿੱਲ ਸਨ ਮੇਜਰ ਸਿੰਘ 3100 ਰੁਪਇਆ ਦੇ ਖੇਡ ਮੇਲੇ ਵਾਸਤੇ ਦਿੰਦੇ, ਆਜੋ ਆਪਣਾ ਸਨਮਾਨ ਪ੍ਰਾਪਤ ਕਰੋ। ਇਹਨਾਂ ਦੇ ਮਗਰ ਸਿਮਰਨਜੀਤ ਸਿੰਘ ਸਨ ਬਲਵੀਰ ਸਿੰਘ ਇਟਲੀ 21,000 ਰੁਪਇਆ। ਨਵ ਪੱਡਾ ਯੂਕੇ ਇਹਨਾਂ ਵੱਲੋਂ ਗੁਪਤ ਦਾਨ ਅੱਜ ਦੇ ਖੇਡ ਮੇਲੇ ਵਾਸਤੇ ਦਿੱਤਾ ਗਿਆ, ਬਹੁਤ ਬਹੁਤ ਧੰਨਵਾਦ ਕਰਦੇ ਜੀ ਸਾਡੇ ਬੜੇ ਭਰਾ ਦਾ। ਨਵ ਪੱਡਾ ਯੂਕੇ ਅਮਰਜੀਤ ਸਿੰਘ ਲੰਬੜਦਾਰ 5100 ਰੁਪਇਆ, ਉਹ ਵੀ ਆਜੋ। ਨਵ ਪੱਡਾ ਯੂਕੇ ਇਹਨਾਂ ਵੱਲੋਂ ਗੁਪਤ ਦਾਣਾ ਅੱਜ ਖੇਡ ਮੇਲੇ ਵਾਸਤੇ ਦਿੱਤਾ ਜੀ, ਬਹੁਤ ਬਹੁਤ ਧੰਨਵਾਦ ਕਰਦੇ। ਅਮਰਜੀਤ ਸਿੰਘ ਲੰਬੜਦਾਰ ਸੋਢੀ ਮੱਲੀਆਂ ਖੁਰਦ 1100 ਰੁਪਇਆ। ਸੁਖਵੀਰ ਸਿੰਘ ਸਨ ਅਵਤਾਰ ਸਿੰਘ ਪ੍ਰਧਾਨ 5100। ਅਜੀਤ ਸਿੰਘ ਸਨ ਮਹਿੰਦਰ ਸਿੰਘ 1100। ਮਖਤਿਆਰ ਸਿੰਘ ਟੁੱਟ 1100। ਜਗਦੀਪ ਸਿੰਘ ਬਾਦਲ ਹੈਪੀ ਖਾਲਸਾ 1100। ਮਨਦੀਪ ਸਿੰਘ ਇਟਲੀ ਮਨਦੀਪ ਖਾਨਪੁਰ ਕੀਰੂ ਖਾਨਪੁਰ ਲੰਬੜਦਾਰ ਸਾਹਿਬ 3100 ਰੁਪਇਆ ਦੇ ਖੇਡ ਮੇਲੇ ਵਾਸਤੇ ਦਿੰਦੇ, ਬਹੁਤ ਬਹੁਤ ਧੰਨਵਾਦ। ਆਕਾਸ਼ ਬਲ ਦਾ
ਸੋ ਉਹਨੂੰ ਬਾਜਵੇ ਵੱਲੋਂ ਵਿਸ਼ੇਸ਼ ਸਨਮਾਨ ਹੈ ਜੀ। ਆ ਜਾਓ ਜਲਦੀ ਦੇ ਨਾਲ ਆਕਾਸ਼ ਬਲ ਸਨਮਾਨ ਆਪਣਾ ਪ੍ਰਾਪਤ ਕਰੋ। ਬਹੁਤ ਬਹੁਤ ਧੰਨਵਾਦ ਕਰਦੇ ਜਿੰਨੇ ਵੀ ਸਾਡੇ ਵੀਰ ਭਰਾ ਬੈਠੇ ਲਾਈਵ ਦੇਖਦੇ ਸੀ। ਦਲਵਾਰਾ ਸਿੰਘ ਮਿਸਤਰੀ ਉਹ ਵੀ ਆ ਜਾਓ ਜੀ, ਸਨਮਾਨ ਪ੍ਰਾਪਤ ਕਰੋ ਆਪਣਾ ਦਲਵਾਰਾ ਸਿੰਘ ਮਿਸਤਰੀ। ਲਾਈਵ ਵਾਲੇ ਵੀਰਾਂ ਦਾ ਧੰਨਵਾਦ ਕਰਦੇ, ਬਹੁਤ ਵਧੀਆ ਪ੍ਰੋਗਰਾਮ ਇਹਨਾਂ ਵੱਲੋਂ ਚਲਾਇਆ ਜਾਂਦਾ। ਸਾਊਂਡ ਵਾਲੇ ਵੀਰ ਦਾ ਧੰਨਵਾਦ ਕਰਦੇ ਵੀ ਬਹੁਤ ਹੀ ਵਧੀਆ ਸਾਊਂਡ ਇਹਨਾਂ ਦਾ ਚੱਲਿਆ ਅੱਜ, ਜਾਣੀ ਕਿ ਬਹੁਤ ਹੀ ਘੱਟ ਅਸੀਂ ਦੇਖਦੇ ਮੇਲਿਆਂ 'ਤੇ ਇੱਦਾਂ ਦਾ ਸਾਊਂਡ ਸਾਨੂੰ ਮਿਲਦਾ ਆ। ਬਹੁਤ ਬਹੁਤ ਧੰਨਵਾਦ ਕਰਦੇ ਸਾਊਂਡ ਵਾਲੇ ਵੀਰ ਦਾ। ਸਾਬੀ ਟੈਂਟ ਹਾਊਸ ਗਰਮੀਤ ਸਿੰਘ ਜੀ ਸਾਊਂਡ ਵਾਲੇ ਆ ਜਾਓ ਜੀ, ਤੇ ਟੈਂਟ ਵਾਲਾ ਵੀਰ ਵੀ ਹੈਗਾ ਲਾਗੇ ਤੇ ਉਹ ਵੀ ਆ ਜਾਓ। ਸਾਊਂਡ ਵਾਲੇ ਵੀਰ ਬਾਬਾ ਜੀ ਗੁਰਮੀਤ ਸਿੰਘ ਜੀ ਉਹਨਾਂ ਦਾ ਸਨਮਾਨ ਕੀਤਾ ਗਿਆ, ਬਹੁਤ ਬਹੁਤ ਧੰਨਵਾਦ ਜੀ। ਟੈਂਟ ਵਾਲੇ ਵੀਰ ਉਹ ਵੀ ਆਪਣਾ ਸਨਮਾਨ ਕਰ ਲਓ ਜੀ ਪ੍ਰਾਪਤ। ਦਰਬਾਰਾ ਸਿੰਘ ਮਿਸਤਰੀ ਆ ਜਾਓ ਜੀ, ਤੇ ਇੱਥੇ ਸਮਾਪਤੀ ਹੈ ਜੀ। ਗਲਤੀ ਬਲਤੀ ਮਾਫ ਕਰਿਓ ਤੇ ਬਲਾਓ ਫਤਿਹ। ਇੱਕ ਵਾਰ ਫਿਰ ਤੋਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਅੱਜ ਦੇ ਖੇਡ ਮੇਲੇ ਦੇ ਪ੍ਰਬੰਧ ਕੀਤੇ ਗਏ। ਨਗਰ ਨਿਵਾਸੀ NRI ਵੀਰਾਂ ਦਾ ਧੰਨਵਾਦ। ਲਓ ਜੀ ਲਓ ਸੰਦੀਪ ਤਲੇਤਾ ਉਹ ਵੀ ਆਪਣੀ ਟਰਾਫੀ ਪ੍ਰਾਪਤ ਕਰੋ ਜੀ, ਤੇ ਫਿਰ ਤੋਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਹਾਂ। ਲਾਈਵ ਵਾਲੇ ਆਓ ਜੀ ਘੁੰਮਣ ਲਾਈਵ ਟੀਵੀ ਉਹ ਵੀ ਟਰਾਫੀ ਪ੍ਰਾਪਤ ਕਰੋ ਆਪਣੀ, ਤੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ। ਇੱਥੇ ਸਮਾਪਤੀ ਆ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।